अच्छा बाबा जी सन 65 ਵਿੱਚ ਜੇ ਗੱਲ ਹੁੰਦੀ ਵੀ ਸੀ ਅੱਗੇ सन 65 ਵਿੱਚ ਜਦੋਂ جنگ ਲੱਗੀ ਏ ਉਦੋਂ ਇਹ ਚਵਿੰਡਾ ਸਾਡਾ ਮਹਾਨ ਬਣਿਆ ਸੀ ਪੂਰੀ ਦੁਨੀਆ ਨੂੰ ਪਤਾ ਕਿ ਕੁਝ ਵਿੰਡਾ ਸ਼ਾਇਰ ਇਸ ਤਰ੍ਹਾਂ ਹੈ ਤੁਸੀਂ ਚਵਿੰਡੇ ਦੇ ਲੰਗੇ ਸੋ ਉਦੋਂ ਕੋ ਵੇਖੀ ਕੋ ਚੀਜ਼ ਇੱਥੇ ਚਵਿੰਡੇ ਦੇ ਵਿੱਚੋਂ ਅਸੀਂ ਨਸਿਆਂ ਕਿ ਚਵਿੰਡੇ ਵਿੱਚ ਰਹੀਦੇ ਸੀ ਚੌਂਕ ਦੇ ਵਿੱਚ اچھا ਅਸੀਂ ਜਦੋਂ ਫਿਰ ਉੱਥੇ ਆ ਕੇ ਟਾਂਕਾਂ ਦਾ ਜੋਰ ਚੜਿਆ ਨਾ ਸਭ ਦੁਨੀਆ ਹੱਡੀਆਂ ਹਾਂਡੀਆਂ ਦੁਕਾਨਾਂ ਖੁੱਲੀਆਂ ਛੱਡ ਕੇ ਨਾਸ ਤੇ ਓਏ ਹੋਏ ਉਦੋਂ ਕਹਿੰਦੇ ਨਾ ਕਿ ਫੌਜੀ ਜਿਹੜੇ ਸਨ ਉਹ ਟੈਂਕਾਂ ਦੇ ਥੱਲੇ ਲੇਟ ਗਏ ਸਨ ਉਹ ਸਾਡੇ ਨੇੜੇ ਸਨ ਸਾਡੇ ਲੇਟੇ ਜਾਣੇ ਤੁਸੀਂ ਜਿਸ ਵਕਤ ਵਾਪਸ ਆਏ ਹੋ ਤੁਹਾਨੂੰ ਕੋ ਨਜ਼ਰ ਆਇਆ ਉਹ ਟੈਂਕ ਕਿਤੇ ਵਿਖਰੇ ਦੇ ਜਾਂ ਕੋਈ ਇਸ ਤਰ੍ਹਾਂ ਕੋ ਚੀਜ਼ਾਂ ਚ ਉੱਥੇ ਬਰਸ਼ ਥਾਰ ਕੇ ਅਸੀਂ ਆਏ ਆ ਉਹ ਜਿਹੜੀਆਂ ਗੋਲੀਆਂ ਵੇਖੀਆਂ ਪਾੜੀਆਂ ਦੇ ਵਿੱਚ ਗਿਠ ਗਿਠ ਚੜੀ ਰਹੀਆਂ ਅੱਛਾ ਉਹ ਪੂਰਬੀ ਦਿਸ਼ਾ ਤੋਂ ਦੇਖਿਆ ਬੇਰੀਆਂ ਸੀ ਤਾਂ ਇੱਕ ਜਹਾਜ਼ ਉਹਨਾਂ ਦਾ ਨਿਕਲਿਆ ਸੀ ਉਹਨਾਂ ਦੀ ਟੈਂਕੀ ਉੱਥੇ ਦੀ ਖੂਹ ਦੇ ਵਿੱਚ ਉਹ ਵੇਖੀ ਤੁਸੀਂ ਤੁਹਾਨੂੰ ਨਜ਼ਰ ਆਈ ਹੋ ਉਸ ਸਰਲਵਰਦੀ ਸੀ ਖੂਹ ਦੇ ਵਿੱਚ ਖੂਹ ਦੇ ਵਿੱਚ ਦੇਖੀ ਸੀ ਉਹ ਤੁਝਾਲ ਤੇ ਟੈਗ ਟੌਂਗ ਤੁਹਾਨੂੰ ਨਜ਼ਰ ਆਏ ਉਸ ਵਕਤ ਤੇ ਟੈਗ ਬੇਬਾਸਨ ਕੇ ਇਹ ਜਿਹੜੀਆਂ ਗੋਲੀਆਂ ਜਿਹੜੇ ਟੈਕਾਂ ਨੂੰ ਮਾਰਦੇ ਉਹਨਾਂ ਨੂੰ ਜਾਜਾਂ ਨੂੰ ਮਾਰਦੇ ਸਹੀ ਹੈ ਇਹ ਜੀ ਬਾਬਾ ਜੀ ਅਨੈਤੁਲਾ ਸਾਹਿਬ ਸਨ ਹਰ ਦੇ ਜਿਵੇਂ ਨਾਲ ਅਸੀਂ ਬੜੀ ਪਿਆਰੀ ਗੁਸਤਗੂ ਕਰ ਰਹੇ ਸਾਂ ਇੱਕ ਦੋ ਸਵਾਲ ਹੋਰ ਵੀ ਆਏ ਨੇ ਅਸੀਂ ਇਹਨਾਂ ਨਾਲ ਪੁੱਛਨੇ ਕਿ ਉਸ ਦੌਰ ਵਿੱਚ ਔਰ ਅੱਜ ਦੇ ਦੌਰ ਵਿੱਚ ਕੀ ਫਰਕ ਹੈ ਇਸ ਸਵਾਲ ਨਾਲ ਵੀ ਇਹਨਾਂ ਨਾਲ ਗੁਸਤਗੂ ਕਰਨੇ ਆ ਲੇਕਿਨ ਜੀ ਦੋਸਤੋ ਦੁਬਾਰਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਸਵਾਹਤ ਅ ਅਸੀਂ ਬਜ਼ੁਰਗਾਂ ਨਾਲ ਗੱਲ ਕਰਨੇ ਆ ਫਿਰ ਦੁਬਾਰਾ ਅਸੀਂ ਉਸੇ ਹੀ ਗੁਸਤਗੂ ਨੂੰ ਜਾਰੀ ਰੱਖਦੇ ਹੋਇਆ ਕਿ ਅੱਛਾ ਬਜ਼ੁਰਗੋ ਇਹ ਦੱਸੋ ਕਿ ਉਸ ਦੌਰ ਵਿੱਚ ਤੇ ਅੱਜ ਦੇ ਦੌਰ ਵਿੱਚ ਕੀ ਫਰਕ ਮਹਿਸੂਸ ਕਰਦੇ ਹੋ ਉਹ ਦੌਰ ਕਿਸ ਤਰ੍ਹਾਂ ਦਾ ਸੀ ਤੇ ਇਹ ਦੌਰ ਕਿਸ ਤਰ੍ਹਾਂ ਦਾ ਹੈ ਉਦੋਂ ਮਹਿੰਗਾਈ ਕਿਸ ਤਰ੍ਹਾਂ ਦੀ ਸੀ ਤੇ ਹੁਣ ਮਹਿੰਗਾਈ ਕਿਸ ਤਰ੍ਹਾਂ ਦੀ ਹੈ ਨਹੀਂ ਜੀ ਉਦੋਂ ਮਹਿੰਗਾਈ ਕੋਈ ਨਹੀਂ ਸੀ ਹੁੰਦੀ ਤਾਂ ਨਾ ਕੋ ਮਹਿਸੂਸ ਹੀ ਕਰਦਾ ਤੇ ਨਾ ਕੋ ਆਉਂਦਾ ਸੀ ਮਹਿੰਗਾਈ ਇਹ ਹੁਣ ਹਰ ਬੰਦੇ ਦੀ ਜ਼ੁਬਾਨੇ ਚੜ ਗਈ ਹੈ ਮਹਿੰਗਾਈ ਉਦੋਂ ਮਹਿੰਗਾਈ ਕੋਈ ਨਹੀਂ ਸੀ ਹੁੰਦੀ ਜੀ ਉਦੋਂ ਦੇ ਲੋਕ ਕਿਸੋ ਲੋਕ ਦੇ ਬੜੇ ਚੰਗੇ ਲੋਕ ਸਨ ਕਦੇ ਕਿਸੇ ਦਿਨ ਨਹੀਂ ਸੀ ਮੋੜਿਆ ਨਾ ਸਿੱਖਾਂ ਨੂੰ ਨਾ ਮੁਸਲਮਾਨਾਂ ਨੂੰ ਦਿੰਦੇ ਆ ਰਹਾਂ ਦਾਂ ਦੇ ਹਲਾਓ ਰੋਲ ਲਾਓ ਓਏ ਕਹ ਰਾਂਗਾ ਆਖਣਾ ਦੁੱਧ ਦੇ ਉਹ ਫਲਾਣੇ ਘਰ ਦੁੱਧ ਦੇ ਆਵੇ ਉਹ ਰੋ ਦਿੱਤੀ ਉਹਨਾਂ ਨੂੰ ਤੇ ਖੀਰ ਪਕਾਣੀ ਉਹਨਾਂ ਨੇ ਦੁੱਧ ਦੇ ਕੇ ਆ ਬੜਾ ਹਿਆਇਤ ਕਰਦੇ ਹਨ ਜੇ ਜਾਨੀਆਂ ਸਾਖ ਹੋਣ ਜਾਣਾ ਨਾ ਆਸ ਪਏ ਤੇ ਉਹ ਉਹਨਾਂ ਜਾਣਾ ਸੀ ਆਸੇ ਪਏ ਉਹਨਾਂ ਪਰਤ ਜਾਣਾ ਪਏ ਇਹ ਗੱਲ ਮੈਨੂੰ ਆਖੇ ਕੋਈ ਤੇ ਸਾਡੇ ਮਾਰ ਆਇਆ ਮੋਟਰ ਉਹ ਫਿਰ ਅਜੂ ਟੁੱਟ ਜਾਂਦੇ ਤੇ ਹੁੰਦੇ ਲੋਕ ਹੁੰਦੇ ਲੋਕ ਤਾਂ ਦੂਰ ਹੀ ਜਾਂਦੇ ਤੇਰੀ ਕਿ ਤੁਹਾਡਾ ਨਾਂ ਸਾਰੇ ਬੰਦੇ ਜਿਹੜੇ ਨੇ ਤੁਹਾਨੂੰ ਤਾਇਆ ਨਾਇਤ ਕਹਿੰਦੇ ਨੇ ਛੋਟਾ ਏ ਵੱਡਾ ਏ ਬਾਬਾ ਏ ਕੋਈ ਮਾਮਾ ਏ ਛੋਟੇ ਜਿਹੜੇ ਵੀ ਬੱਚੇ ਵੀ ਨੇ ਕੋ ਵੱਡੇ ਵੀ ਨੇ ਸਾਰੇ ਤੁਹਾਨੂੰ ਤਾਇਆ ਕਹਿੰਦੇ ਨੇ ਕੀ ਵਜ੍ਹਾ ਕਿਉਂ ਤਾਇਆ ਕਹਿੰਦੇ ਐਵੇਂ ਬਸ ਤਾਇਆ ਤਾਇਆ ਨਾੜ ਗਿਆ ਦਵੇ ਅੱਛਾ ਇੱਕ ਦੂਣੇ ਆਖਿਆ ਦੂਜੇ ਵੀ ਸਾਰੇ ਉਹਨਾਂ ਪੋਤਰੀਆਂ ਪੋਤਰੇ ਵੀ ਸਾਡੇ ਆਇਆ ਜਾਂਦੇ ਨੇ ਉਹ ਤਾਇਆ ਹੀ ਕਹਿੰਦੇ ਨੇ ਸਾਰੇ ਸਾਰੇ ਤਾਇਆ ਆ ਜਾਂਦੇ ਆਹਾ ਵਾਹ ਆਹ ਇਸ ਇੰਨਾਂ ਦਾ ਬਾਲ ਬੱਚਾ ਸਾਰੇ ਜੀ ਤਾਇਆ ਆ ਜਾਂਦੇ ਨੇ ਭਰਾ ਵੀ ਤਾਇਆ ਏ ਇਹ ਵੀ ਤਾਇਆ ਆ ਜਾਂਦੇ ਨੇ ਸਾਡਾ ਵੀ ਹੋਰ ਤੁਹਾਡੇ ਕੋਈ ਸੱਜਣ ਬੇਲੀ ਕੋ دوست ਇੱਥੇ ਰਹਿੰਦੇ ਨੇ ਇਸ ਪਿੰਡ ਵਿੱਚ ਕੋ ਜਿਹੜੇ ਤੁਹਾਡੇ ਨਾਲ ਤੁਹਾਡੀ ਹਮ ਉਮਰ ਦੇ ਹੋਣ ਤੁਹਾਡੀ ਉਮਰਾਂ ਦੇ ਹੋਣ ਬਰਾਬਰ ਬਰਾਬਰ ਉਮਰ ਹੋਏ ਤੇ ਕੋਈ ਇੱਥੇ ਬਾਬੇ ਕੋ ਇਸ ਤਰ੍ਹਾਂ ਦੇ ਹੈ ਨਹੀਂ ਹੋ ਰਹੀ ਆ ਤੁਸੀਂ ਸਮਝਦੇ ਹੋ ਕਿ ਮੈਂ ਇਸ ਟਾਈਮ ਸਭ ਨਾਲ ਵੱਡਾ ਆ ਜਾਂ ਮੇਰੀ ਉਮਰ ਹੀ ਹੈ ਮੇਰੇ ਪਰਲੇ ਪਾਸੇ ਦਾ ਤਾਂ ਮੈਨੂੰ ਪਤਾ ਕੋ ਨਹੀਂ ਜ ਸਾਡੇ ਮਹੱਲੇ ਦੇ ਵਿੱਚ ਤਾਂ ਮੇਰੀ ਉਮਰ ਦਾ ਕੋਈ ਕੋਈ ਨਹੀਂ ਕੋਈ ਬਚਪਨ ਦਾ ਕੋ دوست ਇੱਥੇ ਰਹਿੰਦਾ ਤੁਹਾਡਾ ਦੋਸਤੋਂ ਕੋਈ ਵੀ ਨਹੀਂ ਰਿਹਾ ਸਾਰੇ ਤਰ ਤਰ ਗਏ ਨੇ ਫੋਟ ਹੋ ਗਏ ਨੇ ਫੋਟ ਹੋ ਗਏ ਨੇ ਤੇ ਜਿਹੜਾ ਹਾਂ ਨਾ ਉਹ ਤਾਂ ਦੇ ਨੇ ਪਈਏ ਮੈਂ ਮੁਕਾ ਪੇ ਆਈ ਇਹ ਮੁਕਾ ਪੇ ਆਈ ਓਏ ਉਹ ਮੁਕਾ ਪੇ ਆਈ ਓਏ ਬਸ ਉਹ ਸਿਰਫ ਉਹ ਮੇਰੇ ਭਰਾ ਨੂੰ ਦੇ ਦੱਸ ਦੇ ਨੇ ਮੇਰਾ ਭਰਾ ਹੁੰਦਾ ਹੈ ਕਿ ਕਾਜੀ ਛੋਟਾ ਸਾੜਦਾ ਅੱਛਾ 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 ਉਹਨੂੰ ਦੱਸ ਦੇ ਨੇ ਪੇ ਮੁਕਾ ਪੇ ਆਵੇ ਮੈਂ ਲੈਣੇ ਉਹ ਤਾਂ ਕੋਲੋਂ ਪੈਸੇ 33000 ਰੁਪਈਆ ਇਹ ਦੱਸੋ ਕਿ ਇਸ ਪਿੰਡ ਵਿੱਚ ਦਰਬਾਰ ਕਿੰਨੇ ਕ ਨੇ ਤੇ ਕਿਦੋਂ ਕਿਦੋਂ ਦੇ ਦਰਬਾਰ ਨੇ ਵਾਲੇ ਕੋ ਹੈ ਇਲਮ ਚ ਕਿੰਨੇ ਕ ਦਰਬਾਰ ਨੇ ਇਸ ਪਿੰਡ ਵਿੱਚ ਦਰਬਾਰ ਸਾਡੇ ਪਿੰਡ ਦੇ ਵਿੱਚ ਸਿਰਫ ਇੱਕ ਹੈ ਸੀ ਅੱਛਾ ਸਭ ਤੋਂ ਛਾ ਦਰਬਾਰ ਹੈ ਇੱਕ ਨਸ਼ਾਈ ਵਾਲਾ ਦਾ ਨਸ਼ਾਈ ਵਾਲਾ ਬਾਬੇ ਰੂੜੀਆਂ ਵਾਲਾ ਤੇ ਉਹ ਇਹ ਵਾਲੇ ਦਰਬਾਰ ਇੱਕ ਬਾਬਾ ਰੂੜੀਆਂ ਇਹ ਤਰਾ ਦਰਬਾਰ ਨੇ ਇਹਨਾਂ ਦੇ ਨਾਂ ਕੀ ਸਨ ਬਾਬਾ ਜੀ ਉਹਨਾਂ ਦੇ ਬਾਬਾ ਅਲਾਦੀਨ ਸੀ ਨਾ ਹਾਂ ਹਾਂ ਤੇ ਬਾਬਾ ਜੰਗੂ ਸ਼ਾ ਬਾਬਾ ਅਲੀ ਮਮਦ ਬਾਬਾ ਅਲੀ ਮਮਦ ਤੁਸੀਂ ਇਹਨਾਂ ਨੂੰ ਵੇਖਿਆ ਕਦੀ ਆਪਣੀ ਜ਼ਿੰਦਗੀ ਵਿੱਚ ਆਹਾਂ ਵੇਖਿਆ ਸਾਰਿਆਂ ਨੂੰ ਵੇਖਿਆ ਕੀ ਹੋ ਜੇ ਸਾਨੇ ਬਾਬੇ ਆਪਣੀ ਜ਼ਿੰਦਗੀ ਵਿੱਚ ਕਹਿੰਦੇ ਨੇ ਬੜੇ ਸਾਦਾ ਮਜ਼ਾਜ ਸਨ ਨਹੀਂ ਬਿਲਕੁਲ ਸਾਧ ਮਜ਼ਾਜ ਸਨ ਬਿਲਕੁਲ ਠੀਕ ਸਾਹ ਸਨ ਕੋਈ ਗੱਲ ਬਾਤ ਨਹੀਂ ਉਹ ਜਰਾ ਇਸਪੋਰਟ ਦਫਨ ਹੋਇਆ ਨਾ ਹਾਂਜੀ ਹਾਂਜੀ ਉਹ ਕੋਹੜੀ ਦਫਨ ਹੋਇਆ ਸੀ ਤੇ ਰਾਤ ਨੂੰ ਫਿਰ ਇਹਨਾਂ ਨੂੰ ਖਿਆਲ ਖਾਬ ਆਈ ਪੇ ਆਪੇ ਸੁੱਕੇ ਸਾਹ ਸੌਂਦੇ ਉਹ ਸਾਨੂੰ ਇੱਥੇ ਸਵਾਲ ਲਿਆ ਜੇ ਪਾਣੀ ਵਿੱਚ ਉਹਦੋਂ ਫਿਰ ਇਹ ਦਰਵਾਜ਼ਾ ਪੁੱਟਿਆ ਗਿਆ ਸੀ ਤੇ ਫਿਰ ਉੱਥੇ ਖੜਿਆ ਸੀ ਇਹ ਗਏ ਸਨ ਬਾਬੇ ਉਹਨਾਂ ਨੂੰ ਗੱਡੀ ਚਾੜਨ ਕੋਹੜੀ ਦੇ ਅੱਛਾ ਉਹ ਤੂੰ ਟਾਰ ਕੇ ਕੋਹੜੀ ਲੈ ਕੇ ਆ ਹਾਂ ਤੇ ਵਿਚਲੇ ਪੈ ਆਉਂਦੇ ਹਾਂ ਤੇ ਅੱਗੇ ਸਟਾਲ ਲਿਆ ਹਾਂ ਨਵੇਂ-ਨਵੇਂ ਉਗੇ ਤੇ ਠੀਕ ਹੈ ਅੱਛਾ ਇਸ ਪਿੰਡ ਦੇ ਵਿੱਚ ਮਹੱਲੇ ਕਿੰਨੇ ਨੇ ਕੋਹ ਹੂਨ ਜਿਹੜੇ ਨੇ ਜਾਂ ਪਹਿਲੇ ਕਿਨੇ ਮਾੜੇ ਇੱਕ ਥਰੋ ਤੋਂ ਟਰਕੇ ਨੌ ਨਾਂਵੇਂ ਥਰੋ ਰਿਹਾ ਨੌ ਨਾਂਵੇਂ ਟਰੋ ਦੇ ਹਨ ਉਹ ਕਿਹੜੇ ਕਿਹੜੇ ਨੇ ਕੋਈ ਹੈ ਹੀ ਲਮਚ ਤੁਹਾਨੂੰ ਕੋਈ ਕਿਹੜੇ ਕਿਹੜੇ ਨੇ ਉਹ ਆ ਬੁੱਢਾ ਨੇ ਉਹ ਅਗਲਾ ਸ਼ਹੀਦ ਹੈ ਅੱਛਾ ਅਗਲਾ ਸ਼ੇਖੂ ਪਰਵੇ ਇੱਕ ਮੱਲੂ ਮਾਲੇ ਇੱਕ ਸਲਾਮ ਸਲਾਮ ਪੁਰ ਚਲਾ ਚਲਾ ਪੁਰਾ ਹੈ ਅੱਛਾ ਜਰਾ ਕੋਲੂ ਥੜਾ ਹੈ ਇਹ ਵੀ ਥਰੋ ਦਾ ਹਿੱਸਾ ਹੈ ਇਹ ਵੀ ਥਰੋ ਥਰੋ ਜੀ ਤਾਂ ਮੰਡੀ ਜਿਹੜਾ ਮੰਡੀ ਵੀ ਥਰੋ ਦੀ ਹੈ ਮੰਡੀ ਅੱਜ ਕੱਕ ਨਹੀਂ ਤੇ ਮੰਡੀ ਵੀ ਥਰੋ ਦਾ ਹਿੱਸਾ ਹੈ ਇਹ ਵੀ ਥਰੋ ਦਾ ਹਿੱਸਾ ਹੈ ਕੀ ਹੋ ਗਿਆ ਇਹ ਸ਼ਰੋਈ ਅੱਛਾ ਬਾਬਾ ਜੀ ਮਾਸ਼ਾਅੱਲਾ ਬੜੀ ਖੁਸ਼ੀ ਹੈ ਤੁਹਾਡੇ ਨਾਲ ਗੱਲ ਕਰਕੇ ਬੜਾ ਮਜ਼ਾ ਆਇਆ ਸਾਨੂੰ ਇਹ ਸਿਰਫ ਅਸੀਂ ਨਹੀਂ ਖੁਸ਼ ਹੋਵਾਂਗੇ ਯਾ ਸਾਨੂੰ ਮਜ਼ਾ ਨਹੀਂ ਆਇਆ ਬਲਕਿ ਸਾਡੇ ਪਿੰਡ ਦੇ ਜਿੰਨੇ ਮੁੰਡੇ ਬਾਹਰ ਰਹਿੰਦੇ ਨੇ ਯਾ ਜਿਹੜੇ ਐਸੇ ਨੇ ਜਿਹੜੇ ਪਾਕਿਸਤਾਨ ਬਣਨ ਤੋਂ ਪਹਿਲੇ ਤੁਹਾਡੇ ਦੋਸਤ ਹਨ ਇੱਥੇ ਰਹਿੰਦੇ ਰਹੇ ਨੇ ਉਹਨਾਂ ਤੱਕ ਵੀ ਇਹ ਵੀਡੀਓ ਜਾਏਗੀ ਤੇ ਤੁਸੀਂ ਉਹ ਜਿਹੜੇ ਆਪਣੇ دوست ਨੇ ਜਾਂ ਕੋਈ ਪੁਰਾਣੇ ਬਾਬੇ ਨੇ ਜਾਂ ਉਹਨਾਂ ਦੇ ਅਗਲੇ ਪੋਤਰੇ ਪਾਤਰੇ ਜਿਹੜੇ ਜਾਂ ਉਹਨਾਂ ਦੇ ਜਿਹੜਾ ਕੋਈ ਜਾਣਦੇ ਨੇ ਇਸ ਥੋ ਨੂੰ ਉਹਨਾਂ ਨੂੰ ਕੀ ਦੱਸਣਾ ਚਾਹਗੇ ਉਹਨਾਂ ਨੂੰ ਕੀ ਪੈਗਾਮ ਦਵੋਗੇ ਆਪਣੇ ਖੁਸ਼ੀ ਦੇ ਨਾਲ ਜਾਂ ਆਪਣੇ ਤੁਹਾਡੇ ਕੀ ਜਜ਼ਬਾਤ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਤਾਂ ਜਾਣਾ ਚਾਹਣਾ ਮੈਂ ਉਹਦੇ ਦੇਖ ਵੇ ਨਾ ਮਾਨੋ ਰਹੀ ਨੇ ਉਹ ਦੂਜਿਆਂ ਦੇ ਨਾਮ ਨੂੰ ਮੈਨੂੰ ਯਾਦ ਜੇ ਅਗਰ ਕੋਈ ਇੰਡੀਆ ਚ ਰਹਿੰਦਾ ਹੋਏ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੁਸਲਾਮ ਕਹਿਣਾ ਚਾਹੁੰਦੇ ਹੋ ਕੋਈ ਉਹਨਾਂ ਨੂੰ ਕੋਈ ਪੈਗਾਮ ਦੇਣਾ ਚਾਹੁੰਦੇ ਹੋ ਉਥੇ ਬਚਨ ਸਿੰਘ ਇਹ ਬਹੁਤ ਯਾਰ ਦੋਸਤ ਸੀ ਸਾਡਾ ਉਹ ਬੱਚੋ ਬੱਚੋ ਆਉਂਦੇ ਸਾਂ ਅਸੀਂ ਬਚਨ ਸਿੰਘ ਗੇ ਕਦੀ ਯਾਦ ਕੀਤਾ ਉਹਨਾਂ ਨੂੰ ਅਸਾਂ ਵੀ ਯਾਦ ਕੀਤਾ ਉਹਨਾਂ ਵੀ ਯਾਦ ਬੜਾ ਕੀਤਾ ਪਰ ਅਸੀਂ ਫਿਰ ਮਿਲੇ ਨਹੀਂ ਮਿਲ ਨਹੀਂ ਸਕੇ ਮਿਲ ਨਹੀਂ ਸਕੇ ਬਸ ਜੀ ਬਾਬਾ ਜੀ ਅੱਲਾ ਪਾਕ ਦੀ ਰਜ਼ਾ ਹੈ ਜ਼ਿੰਦਗੀ ਜਿਹੜੀ ਹੈ ਉਹ گزارਣੀ گزارਣੀ ਹੈ ਬਾਬਾ ਜੀ ਅਨੈਤullah ਸਾਹਿਬ ਇੱਥੇ ਸਾਡੇ ਨਾਲ ਗੁਸਤਗੂ ਕਰ ਰਹੇ ਸਨ ਮਾਸ਼ਾਅੱਲਾ ਉਹਨਾਂ ਨਾਲ ਬੜੀ ਅੱਛੀ ਗੁਸਤਗੂ ਹੋਈ ਹੈ ਬੜਾ ਮਜ਼ਾ ਆਇਆ ਉਹਨਾਂ ਨਾਲ ਗੁਸਤਗੂ ਕਰਨ ਦਾ ਕੁਝ ਐਸੇ ਸਵਾਲਾਤ ਰਹਿ ਗਏ ਨੇ ਜਿਨ੍ਹਾਂ ਦੀ ਜ਼ਿੰਨ ਚ ਨਹੀਂ ਰਹੇ ਲੇਕਿਨ ਉਹ ਹਸਰہ ਜ਼ਰੂਰ ਸੀ ਕਿ ਉਹ ਵੀ ਸਵਾਲ ਪੁੱਛੇ ਜਾਣ ਇਹ ਇੱਕ ਐਸਾ ਸਾਡਾ ਇੱਕ ਅਸਾਸਾ ਨੇ ਬਜ਼ੁਰਗ ਕਿ ਜਿਹੜਾ ਹਕੀਕਤ ਪੁੱਛੋ ਤੇ ਸਾਡੇ ਪਿੰਡਾਂ ਵਿੱਚੋਂ ਖਤਮ ਹੁੰਦੇ ਜਾ ਰਹੇ ਨੇ ਜਾਂ ਅਸੀਂ ਅਸੀਂ ਲੋਕ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਇਹਨਾਂ ਕੋਲ ਬੈਠੀਏ ਇਹਨਾਂ ਕੋਲ ਕੋ ਗੁਫ਼ਤਗੂ ਕਰੀਏ ਇਹਨਾਂ ਕੋਲ ਕੋ ਮਵਾਦ ਪੁੱਛੀਏ ਕੋ ਸਾਡੇ ਪਾਕਿਸਤਾਨ ਦੀ ਸਾਡੇ ਪੰਜਾਬ ਦੀ ਸਾਡੇ ਪਿੰਡਾਂ ਦੀ ਹਿਸਟਰੀ ਕੀ ਰਹੀ ਏ ਸਾਡਾ ਅਲਮੀਆ ਹੈ ਕਿ ਅਸੀਂ ਇੰਨੀਆਂ ਚੀਜ਼ਾਂ ਤੋਂ ਬਹੁਤ ਦੂਰ ਚਲੇ ਗਏ ਆਂ ਔਰ ਹਕੀਕਤ ਹੈ ਕਿ ਅਸੀਂ ਦੌਲਤ ਨੂੰ ਜਾਂ ਆਪਣੀ ਜ਼ਾਤ ਨੂੰ ਬਹੁਤ ਅਹਿਮੀਅਤ ਦੇ ਦਿੱਤੀ ਏ ਔਰ ਜਿਹੜੇ ਅਸਲ ਸਾਡੇ ਅਸਾਸੇ ਨੇ ਅਸੀਂ ਉਹਨਾਂ ਨੂੰ ਭੁੱਲ ਗਏ ਆਂ ਸਾਡਾ ਅਲਮੀਆ ਹੈ ਸਾਨੂੰ ਸੋਚਣਾ ਚਾਹੀਦਾ ਇਸ ਤੇ ਮੁਤਲਕ ਬਾਕੀ ਬਾਬਾ ਜੀ ਉਹਨਾਂ ਨਾਲ ਗੁਸਤਗੂ ਕਰਕੇ ਬੜਾ ਮਜ਼ਾ ਆਇਆ ਬਾਬਾ ਜੀ ਅੱਲਾਹ ਪਾਤ ਤੁਹਾਨੂੰ ਜ਼ਿੰਦਗੀ ਦੇਵੇ ਸਿਹਤ ਦੇਵੇ ਜਿੰਨੀ ਜ਼ਿੰਦਗੀ ਦੇਵੇ ਸਿਹਤ ਵਾਲੀ ਜ਼ਿੰਦਗੀ ਦੇਵੇ ਤੇ ਤੁਸੀਂ ਸਾਡਾ ਸਰਮਾਇਆ ਔਰ ਫਖਰ ਔਰ ਸਾਡਾ ਕਿ ਐਸੇ ਬਜ਼ੁਰਗ ਜਿਹੜੇ 100 ਸਾਲ ਦੇ ਤਕਰੀਬਨ ਹੁੰਦੇ ਪਏ ਨੇ ਉਹ ਵੀ ਸਾਡੇ ਪਿੰਡ ਵਿੱਚ ਮੌਜੂਦ ਨੇ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਅੱਲਾ ਪਾਕ ਇਹਨਾਂ ਨੂੰ ਜ਼ਿੰਦਗੀ ਦੇਵੇ ਸਿਹਤ ਦੇਵੇ ਅਸੀਂ ਤੇ ਇਹੋ ਹੀ ਦੁਆ ਕਰ ਸਕਨੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਇਸ ਤਰ੍ਹਾਂ ਕੋ ਹੋਰ ਅਸੀਂ ਜ਼ਾਤੀ ਤੌਰ ਤੇ ਇਸ ਮਾਮਲੇ ਵਿੱਚ ਕੋਸ਼ਿਸ਼ ਕਰਾਂਗੇ ਕਿ ਆਪਣੇ ਪਿੰਡ ਦੇ ਹਵਾਲੇ ਨਾਲ ਕੋਈ ਐਸੀ ਇਵੈਂਟ ਹੋਈ ਹੈ ਕੋਈ ਐਸੀ ਗੁਫ਼ਤਗੂ ਹੋਏ ਜਿਹੜੇ ਦੋਸਤ ਮੇਰੇ ਸਜੈਸ਼ਨ ਦੇਣਾ ਚਾਹਣ ਉਹ لازਮੀ ਦਿਓ ਮੈਨੂੰ ਖੁਸ਼ੀ ਹੋਏਗੀ ਕਿ ਅਸੀਂ ਉਸ ਦੇ ਉੱਤੇ ਵੀ ਕੰਮ ਕਰ ਸਕੀਏ ਮੈਂ ਇਸ ਵਕਤ ਇੱਕ ਦੁਕਾਨ ਦੇ ਅੰਦਰ ਮੌਜੂਦ ਹਾਂ ਜਿੱਤੇ ਵਿੱਚ ਅਸੀਂ ਬਾਬਾ ਜੀ ਅਨਾਤullah ਸਾਹਿਬ ਨਾਲ ਗੱਲ ਕੀਤੀ ਹੈ ਮੈਂ ਮੇਰਾ ਕੈਮਰਾਮੈਨ ਅਦਰਾਨ ਬਾਟ ਸਾਹਿਬ ਜਿਹੜੇ ਐਡਮਨ ਨੇ ਆਪਣਾ ਟਰੋ ਮੰਡੀ ਦੇ ਇਸ ਤੋਂ ਇਲਾਵਾ ਸਮਹਿਰ ਭਾਈ ਨੇ ਐਡਮਨ ਆਪਣਾ ਟਰੋ ਮੰਡੀ ਦੇ ਇਸ ਤੋਂ ਇਲਾਵਾ ਭਾਈ ਤੋਨੇ ਜਿਹੜੇ ਇਸ ਪਿੰਡ ਦੇ ਆਪਣੇ ਸਾਡੇ ਮਹੱਲੇ ਦੇ ਬਹੁਤ ਮਾਤਬਰ ਸ਼ਖਸੀਅਤ ਨੇ ਅੱਲਾਹ ਪਾਕ ਇਹਨਾਂ ਨੇ ਵੀ ਜ਼ਿੰਦਗੀ ਦੇ ਹਾਇਆਤੀ ਦਾ ਵੀ ਇਸ ਤੋਂ ਇਲਾਵਾ ਉਹਨਾਂ ਦੇ ਬੇਟੇ ਨੇ ਬਾਬਾਜੀ ਉਸਮਾਨ ਸਰਕਾਰ ਨੇ ਬਾਬਾਜੀ ਅੱਲਾਹ ਦਾ ਸਰਕਾਰ ਦੇ ਪੋਤੇ ਨੇ ਤੇ ਇਸੇ ਤਰ੍ਹਾਂ ਬੜੀ ਖੁਸ਼ੀ ਹੋਈ ਹੈ ਅਸੀਂ ਬੜੀ ਰਲ ਮਿਲ ਕੇ ਗੱਲਬਾਤ ਕੀਤੀ ਹੈ ਬੜਾ ਮਜ਼ਾ ਆਇਆ ਮੈਂ ਦੋਸਤਾ ਗਿਆ ਰਿਕੁਐਸਟ ਕਰਾਂਗਾ ਕਿ ਸਾਡੀ ਇਸ ਵੀਡੀਓ ਨੂੰ ਵੇਖਿਓ ਪਸੰਦ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਔਰ ਆਪਣੇ ਕੋਈ ਹੋਰ ਵੀ ਸੁਜੈਸ਼ਨ ਕੋਈ ਐਸੇ ਕੋਈ ਤੁਸੀਂ ਜਿਹੜੀ ਗੱਲਬਾਤ ਜਿਹੜੀ ਸਾਡੇ ਇਲਮ ਚ ਨਾ ਹੋਏ ਤੁਸੀਂ ਸਾਨੂੰ ਦੱਸਿਓ ਅਸੀਂ ਉਹ ਵੀ ਤੁਹਾਨੂੰ ਇਨਸ਼ਾਅੱਲਾ ਵਿਖਾਵ ਕੈਮਰਾਮੈਨ ਅਦਨਾਨ ਬਾਟ ਦੇ ਨਾਲ ਸੁਬਾਹਤ ਮਜੀਦ ਐਡਮਨ ਆਪਣਾ ਥਰੋ ਮੰਡੀ ਵਿਲਾਜ ਆਫ ਸਿਆਲਕੋਟ ਲਾਈਫ ਅੱਲਾ ਹਾਫਿਜ਼